ਹਾਰ ਨਾਲ ਨਿਊਯਾਰਕ ਦੇ ਬਰੁਕਲਿਨ ਬੋਰੋ ਵਿਖੇ ਸਿੱਖ ਜਥੇਬੰਦੀਆਂ ਦੇ ਇੱਕ ਵਫਦ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਪੀਰ ਮੁਹੰਮਦ ਅਮੀਨ ਉਲ ਹਸਨਤ ਨਾਲ ਮੁਲਾਕਾਤ ਕੀਤੀ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾ ਅਮਰਜੀਤ ਸਿੰਘ ਦੀ ਅਗਵਾਈ ਵਿਚਲੇ ਇਸ ਵਫਦ ਨੇ ਪਾਕਿਸਤਾਨ ਸਰਕਾਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਰੱਖਣ ਦੇ ਫੈਸਲੇ ਲਈ ਪਾਕਿਸਤਾਨੀ ਹਕੂਮਤ ਦਾ ਧੰਨਵਾਦ ਕੀਤਾ। ਇਸ ਮੁਲਾਕਾਤ ਦੌਰਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀਰ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਚ ਪੈਂਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ SGPC ਨੂੰ ਦਿੱਤੇ ਜਾਣ ਤੇ ਵਿਰੋਧ ਜਤਾਇਆ ਗਿਆ। ਵਫਦ ਮੁਤਾਬਕ SGPC ਵੱਲੋਂ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ ਤੇ ਕਾਰ ਸੇਵਾ ਦੇ ਨਾਮ ਥੱਲੇ ਸਿੱਖ ਵਿਰਾਸਤ ਨੂੰ ਖਤਮ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੇ ਭਰੋਸਾ ਦਵਾਇਆ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੁਹਿਰਦਤਾ ਨਾਲ ਯਤਨ ਕੀਤਾ ਜਾਵੇਗਾ। ਇਸ ਵਫਦ ਵਿਚ ਡਾ ਅਮਰਜੀਤ ਸਿੰਘ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪੰਨੂ, ਸਿੱਖ ਯੂਥ ਆਫ਼ ਅਮਰੀਕਾ ਦੇ ਜਨਰਲ ਸਕੱਤਰ ਡਾ ਰਣਜੀਤ ਸਿੰਘ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਕਿਰਪਾਲ ਸਿੰਘ ਬਿਲਿੰਗ ਅਤੇ ਜਸਬੀਰ ਸਿੰਘ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ ਬਾਜਵਾ ਸ਼ਾਮਲ ਸਨ। ਇੰਗਲੈਂਡ ਤੋਂ ਸਾਊਥ ਏਸ਼ੀਅਨ ਮਾਮਲਿਆਂ ਦੇ ਵਿਦਵਾਨ ਡਾ ਇਕਤਦਾਰ ਕਰਾਮਤ ਚੀਮਾ ਵੀ ਇਸ ਮੀਟਿੰਗ ਦੌਰਾਨ ਮੌਜੂਦ ਸਨ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਦੂਸਰੇ ਤੋਂ ਇਲਾਵਾ ਉਹ ਗੁਰਦੁਆਰਾ ਸਾਹਿਬ ਵੀ ਜਿਹੜੇ ਬੰਦ ਪਏ ਸੀ ਉਹਨਾਂ ਦੇ ਲਈ ਜਿਹੜੀ ਮੇਨਟੇਨੈਂਸ, ਪ੍ਰਬੰਧ, ਐਕਸਟੈਂਸ਼ਨ ਇਹ ਵੀ ਰਿਮਾਰਕੇਬਲ ਕਰ ਲਏ। ਕਾਫੀ ਦੇਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਡੀਅਨ ਸਾਈਡ 'ਤੇ ਹੈ, ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੈਕੋਗਨਾਈਜ਼ ਨਹੀਂ ਸੀ ਕੀਤਾ। ਉਹ ਜਿਹੜੇ ਜਥੇ ਜਿਹੜਾ ਲਿਆਕਤ ਅਲੀ ਨਹਿਰੂ ਸਿੰਘ ਦਾ ਹੁੰਦਾ ਸੀ ਜਿਹਦੇ ਥੱਲੇ ਚਾਰ ਅਹਿਮ ਮੌਕਿਆਂ ਦੇ ਉੱਤੇ ਜਿਹੜੇ ਜਥੇ ਆਉਂਦੇ ਨੇ, ਗੁਰੂ ਨਾਨਕ ਸਾਹਿਬ, ਵਿਸਾਖੀ ਔਰ ਦੋ ਹੋਰ ਮੌਕਿਆਂ 'ਤੇ, ਉਹ ਬੰਦ ਕਰ ਦਿੱਤੇ ਜਾਂਦੇ। ਸੋ ਦਿੱਲੀ ਕਮੇਟੀ ਦੇ ਪਰਮਜੀਤ ਸਿੰਘ ਸਰਨਾ ਜਿਹੜੇ ਨੇ ਮੁਬਾਰਕ ਦੇ ਹੱਕਦਾਰ ਨੇ ਕਿ ਉਹਨਾਂ ਨੇ ਉਹ ਕਨੈਕਸ਼ਨ ਵੀ ਜਾਰੀ ਰੱਖਿਆ, ਜਥੇ ਵੀ ਭੇਜੇ ਹੁਣ ਔਰ ਬਾਹਰਲੇ ਸਿੱਖ, ਕਿਉਂਕਿ ਇਸ ਵੇਲੇ 4 ਮਿਲੀਅਨ ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਭਾਰਤ ਤੋਂ, ਇੰਡੀਆ ਤੋਂ ਬਾਹਰ ਨੇ। ਔਰ ਇਸ ਵੇਲੇ ਆਪਣੇ ਆਪ ਦੇ ਵਿੱਚੋਂ ਇੱਕ ਪੂਰੀ ਕੰਸਟੀਚੁਐਂਸੀ ਹੈ, ਜਿਹੜੇ ਇੰਡੀਅਨ ਮੈਪ 'ਚ ਸਿੱਖ ਨੇ ਉਹਨਾਂ ਦੀਆਂ ਕੁਛ ਕੰਪਲਸ਼ਨਸ ਨੇ, ਉੱਥੇ ਉਹਨਾਂ ਨੇ ਰਹਿਣਾ ਹੈ, ਕਈ ਵਾਰ ਉਹਨਾਂ ਦਾ ਅੰਦਰ ਕੁਛ ਸੋਚਦਾ ਹੈ, ਇਹ ਬਾਹਰੋਂ ਤਾਂ ਭਾਰਤ ਮਾਤਾ ਦੇ ਪੁੱਤਰ ਬਣੇ ਹੁੰਦੇ ਨੇ, ਪਰ ਉਹ ਸਾਡੇ ਜਿਵੇਂ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਅਸੀਂ ਕੈਰੀ ਕਰਦੇ, ਉੱਥੇ ਪੜ੍ਹ ਰਹੇ ਹੁੰਦੇ ਨੇ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ, ਉੱਥੇ ਦਿਖਾ ਰਹੇ ਹੁੰਦੇ ਵੀ ਅਸੀਂ ਹਿੰਦੂਆਂ ਦਾ ਹਿੱਸਾ ਨਹੀਂ। ਸੋ ਕਈ ਚੀਜ਼ਾਂ ਨੇ ਉਹਨਾਂ ਦੀਆਂ ਕੰਪਲਸ਼ਨਸ ਨੇ, ਪਰ ਲੇਟਲੀ ਅਸੀਂ ਇਹ ਦੇਖ ਰਹੇ ਹਾਂ ਵੀ ਸਮ ਹਾਓ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਇੰਡੀਅਨ, ਇਹਨਾਂ ਦਾ ਇਨਫਲੂਐਂਸ ਪਾਕਿਸਤਾਨ 'ਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਵੱਧ ਰਿਹਾ। ਉਹਦਾ ਇੱਕ ਰੀਜ਼ਨ ਜਿਹਦੇ 'ਚ ਅਸੀਂ ਦੇਖਿਆ ਹੈ ਵੀ ਜਿਹੜੀ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਜਿਹਨੂੰ ਅਸੀਂ ਕਾਰ ਸੇਵਾ ਕਹਿੰਦੇ ਹਾਂ ਕਿ ਵੀ ਉਸ ਨੂੰ ਬਿਲਡ ਕਰਨਾ, ਉਹ ਮੀਡੀਆ 'ਚ ਆਇਆ ਵੀ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਜਿਹੜਾ ਕਾਫੀ ਦਾਰੋਵਾਲਾ ਉਹਦੀ ਸ਼੍ਰੋਮਣੀ ਕਮੇਟੀ ਨੂੰ ਦਿੱਤਾ। ਸਾਨੂੰ ਕੋਈ ਹਰਜ ਨਹੀਂ ਹੈ ਵੀ ਉਹ ਬਿਲਕੁਲ ਸਾਡੇ ਕੰਸਰਨ ਇਹ ਨੇ ਕਿ ਕੁਛ ਫੰਡਾਮੈਂਟਲਸ ਨੇ ਸਿੱਖੀ ਦੇ ਜਿਹੜੇ ਸਾਨੂੰ ਇੱਕ ਸੈਪਰੇਟ ਰੈਲੀਜਨ ਦੇ ਤੌਰ 'ਤੇ ਅਸਟੈਬਲਿਸ਼ ਕਰਦਾ ਹੈ। ਜੋ ਤੁਸੀਂ ਆਖਦੇ ਪਏ ਹੋ ਮੈਨੂੰ ਤਾਂ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਲੱਗਦੀਆਂ ਜੀ। ਅੱਗੇ ਜਿਸ ਵੇਲੇ ਨਾਨਕ ਸ਼ਾਹੀ ਕੈਲੰਡਰ ਦੀ ਗੁਫ਼ਤਗੂ ਹੋਈ ਤਾਂ ਮੈਂ ਵੀ ਉਸ ਵਿੱਚ ਮੌਜੂਦ ਸੀ ਜੀ। ਜੇ ਉਹਨਾਂ ਨੇ ਕਿਹਾ ਸੀ ਕਿ ਸਾਡਾ ਮਾਮਲਾਤ ਜਿਹੜੇ ਇਹ ਸਿੱਖ ਮਜ਼ਹਬ ਨਾਲ ਤਾਲਕ ਰੱਖਦੇ ਜੀ, ਅਤੇ ਜਿਸ ਵੇਲੇ ਸਾਰੇ ਸਿੱਖ ਇਸ 'ਤੇ ਰਾਜ਼ੀ ਹੋਣਗੇ ਨਾ ਤਾਂ ਫਿਰ ਗੁਰੂ ਕਹੋਗੇ ਬਿਕਰਮੀ ਕਹੋਗੇ ਬਿਕਰਮੀ ਕਰਾਂਗੇ। ਵਰਨਾ ਇਸ ਨੇ ਮੈਨ ਅਗਰ ਆਕਾ ਸਲੈਕਟ ਮੈਂ ਕਮਰੀ ਮਹੀਨੇ ਦੇ ਕਹਿ ਤਾਂ ਆਪਣੀ ਸਾਰੇ ਜ਼ਿੰਦਗੀ ਦੇ
ਔਰ ਆਪਣੇ ਇਬਾਦਤ ਦੇ ਮਰਾਸਮ ਅਦਾ ਕਰਾਂ, ਯਾਰ ਦੂਜੇ ਨੂੰ ਤੁਸੀਂ ਹਿੰਦੂ ਹੋ ਬਿਕਰਮੀ ਦਾ ਕਰੋ ਜੀ, ਸਿੱਖ ਦੋਸਤ ਉਹ ਸਾਰੇ ਆਪਣੇ ਨਾਨਕ ਸ਼ਾਹੀ ਕੈਲੰਡਰ ਦੇ ਹਵਾਲ ਨਾ ਕਰੋ ਜੀ। ਅਤੇ ਸਨ ਬੇਸਿਕਲੀ ਕੋਈ ਇਹਦੇ 'ਤੇ ਇਵਾਮ ਨਹੀਂ, ਇਖਤਲਾਫ ਨਹੀਂ, ਅਸੀਂ ਤਾਂ ਇਸ ਦੇ ਕਾਇਮ। ਦੂਜੀ ਗੁਜ਼ਾਰਿਸ਼ ਜਿਹੜੀ ਹੈ ਕਿ ਹਕੂਮਤਾਂ ਦੇ ਹਕੂਮਤਾਂ ਨਾਲ ਮਾਮਲਾ ਰੈਸੀਪ੍ਰੋਕਲ ਬੇਸਿਸ 'ਤੇ ਹੁੰਦੇ, ਕੋਈ ਇਹ ਨਹੀਂ ਹੁੰਦੇ ਕਿ ਇੱਕ ਇਹ ਨਹੀਂ ਕਰਦੇ ਹੋ ਜੀ ਅਤੇ ਇਹ ਇੱਧਰ ਦੇ ਜੀ। ਅਗਰ ਉਹ ਇਸ ਤਰ੍ਹਾਂ ਦਾ ਕੋਈ ਮੁਤਾਲਬਾ ਕਰਦੇ ਤਾਂ ਫਿਰ ਹਕੂਮਤ ਪਾਕਿਸਤਾਨ ਔਰ ਪਾਕਿਸਤਾਨ ਦੇ ਲੋਕ ਵੀ ਇਹ ਮੁਤਾਲਬਾ ਕਰ ਸਕਦੇ ਨੇ ਕਿ ਅਜਮੇਰ ਸ਼ਰੀਫ ਸਾਡੇ ਹਵਾਲੇ ਕਰੋ, ਖਾਜਾ ਨਿਜ਼ਾਮ ਸਾਡੇ ਹਵਾਲੇ ਕਰੋ, ਸਰਹੰਦ ਸ਼ਰੀਫ ਸਾਡੇ ਹਵਾਲੇ ਕਰੋ। ਅਗਰ ਉਹ ਨਹੀਂ ਮੁਮਕਿਨ, ਇਹ ਵੀ ਮੁਮਕਿਨ ਨਹੀਂ। ਮੈਂ ਬੜੇ ਅੱਛੇ ਤਰੀਕੇ ਨਾਲ ਜਾਣਦਾ ਜਿਸ ਤਰਫ ਤੁਸੀਂ ਇਸ਼ਾਰਾ ਕੀਤਾ ਕਿ ਫਲਾਣੇ ਇੱਕ ਦੋਸਤ ਜਿਹੜੇ ਉਹ MLA ਔਰ ਉਹ ਕਰ ਰਹੇ, ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਖਦਸ਼ਾਤ ਜਿਹੜੇ ਮੈਂ ਆਪਣੇ ਹਕੂਮਤ ਦੇ ਵਕਤ ਤੱਕ ਪਹੁੰਚਾਵਾਂ ਵੀ, ਔਰ ਅਸੀਂ ਪੂਰੀ ਕੋਸ਼ਿਸ਼ ਕਰੀਏ ਕਿ ਉਹਦੀ ਰਾਖੀ ਕਰੀਏ ਜੀ, ਉਹਨੂੰ ਇੰਝ ਜ਼ਾਇਆ ਨਾ ਹੋਣ ਦੇ। ਤੁਸੀਂ ਬੇਫਿਕਰ ਰਹੋ, ਮੈਂ ਜੋ ਤੁਸੀਂ ਦਿੱਤਾ ਮੈਂ ਜਾ ਕੇ ਆਪਣੇ ਚੇਅਰਮੈਨ ਐਗਰੀਕਲਚਰ ਪ੍ਰਾਪਰਟੀ ਨਾਲ ਵੀ ਸ਼ੇਅਰ ਕਰਾਂਗੇ, ਆਪਣੀ ਮਨਿਸਟਰੀ ਨਾਲ ਵੀ ਕਰਾਂਗੇ, ਔਰ ਅਸੀਂ ਤੁਹਾਡੇ ਜਿਹੜੇ ਇਹ ਫਿਕਰੀ ਹੈ ਤੁਹਾਡੇ ਖਦਸ਼ਾਤ ਹਨ ਉਹਨਾਂ ਦੇ 'ਤੇ ਇਨਸ਼ਾਅੱਲਾ ਖੁਦ ਬਹਿਸ ਕਰਾਂਗੇ, ਔਰ ਉਹ ਕਰਾਂਗੇ ਜਿਹਦੇ 'ਤੇ ਸਾਰੇ ਸਿੱਖ ਸਾਡੇ ਦੋਸਤ ਜਿਹੜੇ ਮੁਤਮਿਨ।